ਸੈਂਟਰ 'ਚ ਜਿਹੜੀ ਕੇਂਦਰ ਸਰਕਾਰ ਆ ਨਾ ਪੰਜਾਬ ਨੂੰ ਡਿਵੈਲਪ ਹੁੰਦਿਆਂ ਨਹੀਂ ਦੇਖ ਸਕਦੀ। ਜਿਹੜਾ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਅਤੈਸ਼ੀ ਪਾਰਟੀ ਕਹਿੰਦਾ, ਉਹਨਾਂ ਨੇ ਸੁਲਤਾਨਪੁਰ ਸ਼ਹਿਰ ਦਾ ਕੋਈ ਸਵਾਰਿਆ ਨਹੀਂ। 99% ਚੈਨਲ ਜਿਹੜੇ ਆ ਉਹ ਬੀਜੇਪੀ ਨੇ ਆਪਣੇ ਪਰਚੇਜ਼ ਕੀਤੇ ਹੋਏ ਆ, ਉਹਦਾ ਹੀ ਉਹਦਾ ਡੁਗਡੁਗੀ ਵਜਾਈ ਜਾਂਦੇ ਆ। ਨਰਿੰਦਰ ਮੋਦੀ ਵਰਗਾ ਝੂਠਾ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਕਾਬਲ ਨਹੀਂ ਸੀ, ਇੱਕ ਲੋਕਾਂ ਨੇ ਵਿਸ਼ਵਾਸ ਕਰਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ, ਅਤੇ ਨਤੀਜਾ ਆਉਣ ਵਾਲਾ। ਅਜੀਤ ਵੈੱਬ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਅਮਰਜੀਤ ਸਿੰਘ ਸਡਾਨਾ। ਆਪ ਸਭ ਨੂੰ ਪਤਾ ਹੈ ਲੋਕ ਸਭਾ ਚੋਣਾਂ ਦੇ ਬਿਗਲ ਵੱਜਣ ਤੋਂ ਬਾਅਦ ਇਸ ਵੇਲੇ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕੇ ਹਨ। ਵੱਖ ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ, ਉਹਨਾਂ ਦੇ ਸਮਰਥਕ ਚੋਣ ਪ੍ਰਚਾਰ ਵਿੱਚ ਪੂਰੀ ਮਿਹਨਤ ਕਰ ਰਹੇ ਹਨ। ਅੱਜ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਮੌਜੂਦ ਹਾਂ, ਜਿੱਥੇ ਵੱਖ ਵੱਖ ਵਰਗਾਂ ਦੇ ਲੋਕ ਸਾਡੇ ਨਾਲ ਮੌਜੂਦ ਹਨ। ਅਸੀਂ ਉਹਨਾਂ ਨਾਲ ਗੱਲ ਕਰਾਂਗੇ ਔਰ ਉਹਨਾਂ ਦੀ ਰਾਏ ਜਾਣਾਂਗੇ ਕਿ ਉਹ ਲੋਕ ਸਭਾ ਚੋਣਾਂ ਵਿੱਚ ਕਿਹਨਾਂ ਮੁੱਦਿਆਂ ਨੂੰ ਦੇਖ ਰਹੇ ਹਨ, ਜਿਨ੍ਹਾਂ ਦੇ ਆਧਾਰ 'ਤੇ ਉਹ ਉਸ ਲੋਕ ਸਭਾ ਚੋਣਾਂ 'ਚ ਆਪਣੀ ਵੋਟ ਪੋਲ ਕਰਨਗੇ, ਔਰ ਕਿਹੜੇ ਵਿਕਾਸ ਕਾਰਜ ਜਿਹੜੇ ਉਹਨਾਂ ਦੇ ਹਲਕੇ ਵਿੱਚ ਹੋਣੇ ਚਾਹੀਦੇ ਸਨ ਉਹ ਹਲੇ ਨਹੀਂ ਹੋਏ, ਔਰ ਕਿਹੜੇ ਕਾਰਜ ਉਹ ਲੋੜੀਂਦੇ ਹਨ ਜਿਹੜਾ ਜਿਹਦੇ ਨਾਲ ਹਲਕੇ ਦਾ ਵਿਕਾਸ ਬਿਹਤਰ ਹੋ ਸਕੇ ਔਰ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਸਾਡੇ ਨਾਲ ਮੌਜੂਦ ਹਨ ਸੁਲਤਾਨਪੁਰ ਲੋਧੀ ਹਲਕੇ ਦੇ ਲੋਕ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਤੁਸੀਂ ਕੀ ਸਮਝਦੇ ਹੋ ਜੀ ਵਿਧਾਨ ਸਭਾ ਦਾ ਹਲਕਾ ਸੁਲਤਾਨਪੁਰ ਲੋਧੀ ਤੁਹਾਡਾ ਲੋਕ ਸਭਾ ਖਡੂਰ ਸਾਹਿਬ ਜਾਂਦਾ, ਕਿੱਦਾਂ ਦੇ ਵਿਕਾਸ ਪੁਰਾਣੀ ਸਰਕਾਰ ਤੋਂ ਉਮੀਦ ਸੀਗੀ ਅਤੇ ਜਿਹੜੇ ਮਤਲਬ ਹੋਣੇ ਚਾਹੀਦੇ ਸੀਗੇ, ਜਾਂ ਕਿਹੜੇ ਚੋਣ ਮੁੱਦੇ ਆ ਜਿਹੜੇ ਉਹ ਰਾਜਸੀ ਪਾਰਟੀਆਂ ਵਾ ਨਹੀਂ ਚੁੱਕ ਰਹੀ? ਸਾਡੇ ਜੀ ਜਿੱਦਾਂ ਹੁਣ 550 ਸਾਲ ਆ ਰਿਹਾ ਸੁਲਤਾਨਪੁਰ ਲੋਧੀ ਦੇ ਵਿੱਚ, ਸਾਨੂੰ ਬਹੁਤ ਉਮੀਦਾਂ ਸੁਲਤਾਨਪੁਰ ਦੇ ਵਿੱਚ ਵਿਕਾਸ ਹੋਣ ਦੀਆਂ, ਅਤੇ ਹਾਲੇ ਤੱਕ ਜਿੱਦਾਂ ਮੰਨ ਲਓ ਕਈ ਕੰਮ ਚੱਲਦੇ ਵੀ ਆ, ਅਤੇ ਕਈ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਅਫਸਰ ਕਹਿੰਦੇ ਵੀ ਚਲ ਹੋਣ ਦੀ ਉਮੀਦ ਆ, ਬਾਕੀ ਸ਼ਹਿਰ ਦੇ ਵਿੱਚ ਬਹੁਤ ਕੁਛ ਹੋਣ ਵਾਲਾ ਵਾ ਸੁਲਤਾਨਪੁਰ 'ਚ, ਜਿੱਦਾਂ ਪਵਿੱਤਰ ਸ਼ਹਿਰ ਆ ਗੁਰੂ ਨਾਨਕ ਸਾਹਿਬ ਜੀ ਦਾ, ਕਿਉਂਕਿ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਤਕਰੀਬਨ ਸਭ ਤੋਂ ਵੱਧ ਸਮਾਂ ਇੱਥੇ ਬਿਤਾਇਆ, ਅਤੇ ਜਿਸ ਹਿਸਾਬ ਨਾਲ ਸਾਨੂੰ ਉਮੀਦ ਆ ਉਸ ਹਿਸਾਬ ਨਾਲ ਹਜੇ ਕੰਮ ਮਤਲਬ ਸ਼ਹਿਰ ਦੇ ਵਿੱਚ ਕੋਈ ਸਾਨੂੰ ਇੰਨਾ ਕੋਈ ਲੱਗਦਾ ਨਹੀਂ ਵੀ ਇੰਨਾ ਜ਼ਿਆਦਾ ਕੋਈ ਕੰਮ ਇੰਨਾ ਸਮਾਂ ਰਹਿ ਗਿਆ ਹੋ ਪਾਊਗਾ ਜਾਂ ਮਤਲਬ ਜਿੱਦਾਂ ਹੋਣਾ ਚਾਹੀਦਾ। ਜਿੱਦਾਂ ਅਸੀਂ ਪਟਨਾ ਸਾਹਿਬ ਦੀ ਗੱਲ ਕਰੀਏ, ਪਟਨਾ ਸਾਹਿਬ ਦੇਖੋ ਕਿੱਦਾਂ ਮਤਲਬ ਕੰਮ ਉਹਨੇ, ਜਦਕਿ ਹਜੇ ਗੈਰ ਸਿੱਖ ਸਰਕਾਰ ਸੀਗੀ, ਮਤਲਬ ਧਰਮ ਦੇ ਹਿਸਾਬ ਨਾਲ ਜਿੱਦਾਂ ਹੁਣ ਇੱਥੇ ਮੰਨ ਲਓ ਸਾਡਾ ਸਿੱਖਾਂ ਦਾ ਗੜ੍ਹ ਵਾ ਪੰਜਾਬ, ਅਤੇ ਉਸ ਹਿਸਾਬ ਦੇ ਨਾਲ ਨਹੀਂ ਕੋਈ ਉਹਨਾਂ ਨੇ 3 ਸਾਲ ਪਹਿਲਾਂ ਹੀ ਕਿੱਡੇ ਕਿੱਦਾਂ ਦੇ ਕੰਮ ਕਰਤੇ, ਕਿੱਡੇ ਕਿੱਡੇ ਪੰਡਾਲ, ਕਿੱਡੇ ਕਿੱਡੇ ਉਹਨਾਂ ਨੇ ਘਾਟ ਬਣਾ ਤੇ ਗੰਗਾ ਦੇ ਉੱਤੇ ਕਿਲੋਮੀਟਰਾਂ ਦੇ ਹਿਸਾਬ ਨਾਲ, ਅਤੇ ਸਾਡੇ ਇੱਥੇ ਮੈਨੂੰ ਲੱਗਦਾ ਵੀ ਸ਼ਹਿਰ 'ਚ 4 ਕਿਲੋਮੀਟਰ ਤੱਕ ਵਹੀਂ ਉੱਤੇ ਹਜੇ ਇੱਕ ਕੋਈ ਘਾਟ ਨਹੀਂ, ਕੋਈ ਗੱਲ ਨਹੀਂ, ਕੋਈ ਇੱਦਾਂ ਦੀ ਕੋਈ ਗੱਲ ਲੱਗਦੀ ਨਹੀਂ ਮਤਲਬ ਜਿੱਦਾਂ ਮੰਨ ਲਓ ਹੋਣੀ ਚਾਹੀਦੀ। ਜੇ ਆਪਾਂ ਗੱਲ ਕਰੀਏ ਵੀ ਵਿਕਾਸ ਦੀ ਗੱਲ ਨੂੰ ਲੈ ਕੇ, 5 ਸਾਲ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਸੈਂਟਰ 'ਚ ਰਹੀ ਆ, ਅਤੇ ਜੇ ਉਹਨਾਂ ਨੇ ਰੋਜ਼ਗਾਰ ਦੀ ਗੱਲ ਕੀਤੀ ਹੈ ਅਤੇ ਉਹ ਅੱਜ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਆ, ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ, ਤੁਸੀਂ ਕੀ ਸਮਝਦੇ ਵੀ ਜਿਹੜੀ ਸਰਕਾਰ ਪਿਛਲੀ ਗਈ ਹੈ ਕੇਂਦਰ ਦੀ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦੇ ਰਿਹਾ ਕਿ ਤੁਸੀਂ ਸੁਲਤਾਨਪੁਰ ਹਲਕੇ ਦੇ ਕੰਮਾਂ ਬਾਰੇ ਇੱਕ ਸਵਾਲ ਕੀਤਾ ਸੀ, ਉਹਦਾ ਇਹ ਜਵਾਬ ਨਹੀਂ ਦੇ ਸਕੇ। ਪਿਛਲੇ 10 ਸਾਲ ਅਕਾਲੀ ਦਲ ਦੀ ਅਤੇ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਰਹੀ ਹੈ। ਜਿਹੜਾ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਅਤੈਸ਼ੀ ਪਾਰਟੀ ਕਹਿੰਦਾ, ਉਹਨਾਂ ਨੇ ਸੁਲਤਾਨਪੁਰ ਸ਼ਹਿਰ ਦਾ ਕੋਈ ਸਵਾਰਿਆ ਨਹੀਂ। ਤੁਸੀਂ ਕਿਸੇ ਪਾਸੇ ਦੇਖ ਲਓ, ਕੋਈ ਵਿਕਾਸ ਨਹੀਂ ਹੋਇਆ, ਸਿਰਫ ਆਪਣਾ ਅਕਾਲੀਆਂ ਨੇ ਵਿਕਾਸ ਹੋਇਆ, ਆਪਣੇ ਬੰਦੇ ਤਕੜੇ ਹੋਏ ਆ ਜੀ। ਹੁਣ 2 ਸਾਲ ਸਰਕਾਰ ਬਣੀ ਹੋਈ ਕੈਪਟਨ ਅਮਰਿੰਦਰ ਸਿੰਘ ਜੀ ਔਰ ਸਾਡੇ MLA ਨਵਤੇਜ ਸਿੰਘ ਚੀਮਾ ਸੁਲਤਾਨਪੁਰ, ਉਹਨਾਂ ਦੇ ਯਤਨਾਂ ਸਦਕਾ ਹਰ ਪਾਸੇ ਕੰਮ ਸ਼ੁਰੂ ਆ। ਤੁਸੀਂ ਇੱਕ ਚੀਜ਼ ਨੂੰ ਨਵੇਂ ਸਿਰੋਂ ਬਣਾਉਣਾ ਟਾਈਮ ਲੱਗਣਾ, ਇਸ ਚੀਜ਼ ਨੂੰ ਯਕੀਨੀ ਬਣਾ ਤਾ ਕੈਪਟਨ ਸਾਹਿਬ ਨੇ ਕਿ 30 ਸਤੰਬਰ ਤੋਂ ਪਹਿਲਾਂ ਸਾਰੇ ਕੰਮ ਨਿਪੜੇ ਚੜ੍ਹਨਗੇ। ਜਿਵੇਂ ਤੁਸੀਂ ਕਹਿ ਰਹੇ ਨਾ ਪਟਨਾ ਸਾਹਿਬ, ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਦੀ ਧਰਤੀ ਆ, ਸਭ ਤੋਂ ਸਮਾਂ ਵੱਧ ਸਿਰੇ ਆ, ਉਸ ਤੋਂ ਵਧੀਆ ਤਰੀਕੇ ਨਾਲ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇੱਥੇ ਮਨਾਇਆ ਜਾਊਗਾ। ਹਰ ਤਰ੍ਹਾਂ ਦੇ ਪ੍ਰਬੰਧ, ਤੁਸੀਂ ਵਈ ਦੀ ਗੱਲ ਕਰਦੇ ਪੁੱਲ ਬਣ ਰਹੇ ਜੀ, ਇਹ ਪਿਛਲੇ 50 ਸਾਲਾਂ ਵਿੱਚ ਨਹੀਂ ਜਿਹੜਾ ਕੰਮ ਹੋਇਆ ਉਹ ਕੰਮ ਸੁਲਤਾਨਪੁਰ ਹਲਕੇ 'ਚ ਹੋ ਰਹੇ ਆ। ਇਹ ਮੰਡ ਖੇਤਰ ਜਿੱਥੇ ਕਿ ਇੱਕ ਟੈਂਪਰੇਰੀ ਪੁੱਲ ਲਾਇਆ ਜਾਂਦਾ ਬਰਸਾਤਾਂ ਚੱਕਲੇ ਦਾ, ਉੱਥੇ ਹੁਣ ਪੁੱਲ ਦੀ ਤੁਸੀਂ ਜਾ ਕੇ ਆਪ ਦੇਖ ਸਕਦੇ ਕਿ ਨਵਾਂ ਪੁੱਲ ਬਣ ਰਿਹਾ। ਉਹਨਾਂ ਲੋਕਾਂ ਵਾਸਤੇ ਹਿੰਦੁਸਤਾਨ ਹੁਣ ਯਾਦ ਹੋ ਰਿਹਾ ਕਿ ਜਿੱਥੇ ਆਉਣ ਜਾਣ ਦਾ ਕੋਈ ਸਾਧਨ ਨਹੀਂ, ਕੋਈ ਬਿਜਲੀ ਨਹੀਂ, ਕੋਈ ਪਾਣੀ ਨਹੀਂ, ਇਹ ਸਾਰਾ ਕੁਝ ਦੇਣ ਆ ਕੈਪਟਨ ਅਮਰਿੰਦਰ ਸਿੰਘ ਦੀ। ਦੂਸਰੀ ਗੱਲ ਜਿਹੜੀ ਪਿਛਲੇ 5 ਸਾਲ ਮੋਦੀ ਸਰਕਾਰ ਨੇ ਭਾਰਤ ਵਿੱਚ ਜੋ ਭਾਰਤ ਦੀ ਜਨਤਾ ਨੂੰ ਜੋ ਠੱਗਿਆ, ਜੋ ਵਾਅਦੇ ਕੀਤੇ,
ਉਹ ਮੈਨੂੰ ਦੱਸਣ ਦੀ ਲੋੜ ਨਹੀਂ। ਹਰ ਬੰਦੇ ਨੂੰ ਲਾਰਾ ਲਾ ਤੱਕ 15 ਲੱਖ ਰੁਪਏ ਦੇ ਖਾਤੇ 'ਚ, ਉਹ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਕਰਕੇ ਵੋਟਾਂ ਲੈ ਕੇ ਸਰਕਾਰ ਬਣਾਈ। ਨਰਿੰਦਰ ਮੋਦੀ ਵਰਗਾ ਝੂਠਾ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਕਾਬਲ ਨਹੀਂ ਸੀ। ਇੱਕ ਲੋਕਾਂ ਨੇ ਵਿਸ਼ਵਾਸ ਕਰਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਅਰ ਨਤੀਜਾ ਆਉਣ ਵਾਲਾ, ਵੋਟਾਂ 19 ਨੂੰ ਪੰਜਾਬ ਦੀਆਂ ਪੈ ਜਾਣੀਆਂ, 23 ਨੂੰ ਆਉਣਾ ਨਰਿੰਦਰ ਮੋਦੀ ਦਾ ਨਾਂ ਨਹੀਂ BJP ਦਾ ਲੱਭਣਾ। ਹਿੰਦੁਸਤਾਨ ਵਿੱਚ ਕਾਂਗਰਸ ਦੀ ਸਰਕਾਰ ਆਊਗੀ। ਤੁਸੀਂ ਯਾਦ ਕਰ ਰਹੇ ਹੋ ਪਿਛਲੇ ਉਹ ਦਿਨ ਡਾਕਟਰ ਮਨਮੋਹਨ ਸਿੰਘ ਵੇਲੇ 10 ਸਾਲ ਜਿਹੜਾ UPA ਨੇ ਜੋ ਕੰਮ ਕੀਤਾ, ਉਹ ਦੁਬਾਰਾ ਉਹ ਰਫ਼ਤਾਰ 'ਚ ਹਿੰਦੁਸਤਾਨ ਅੱਗੇ ਆਏਗਾ ਜੀ। ਮੇਰੀ ਗੱਲ ਉੱਥੇ ਹੀ ਹੈ ਜੀ, ਰੁਜ਼ਗਾਰ ਦੀ ਜੇ ਗੱਲ ਕਰੀਏ ਕਿ ਰੁਜ਼ਗਾਰ ਮਿਲਿਆ ਨੌਜਵਾਨਾਂ ਨੂੰ, ਕਿਉਂਕਿ ਕੇਂਦਰ ਸਰਕਾਰ ਨੇ ਜਦੋਂ ਭਾਜਪਾ ਸਰਕਾਰ ਆਈ ਸੀ ਬੜਾ ਦਾਅਵਾ ਕੀਤਾ ਸੀ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਨਰਿੰਦਰ ਮੋਦੀ ਨੇ ਸਵਾਏ ਵਾਅਦਿਆਂ ਝੂਠੇ ਲਾਰਿਆਂ ਤੋਂ ਕੁਛ ਨਹੀਂ ਕੀਤਾ ਜੀ। ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਜੀ। ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਹੁਣ ਰੁਜ਼ਗਾਰ ਆ ਉਹ ਕੈਪਟਨ ਅਮਰਿੰਦਰ ਸਿੰਘ ਪੈਦਾ ਕਰ ਰਹੇ ਆ, ਉਹ ਮਹੱਈਆ ਹੋ ਰਹੇ ਨੇ, ਕਿਉਂਕਿ ਪੰਜਾਬ ਦਾ ਜੋ ਖਜ਼ਾਨੇ ਦਾ ਹਾਲਾਤ ਸੀਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੋ ਅਕਾਲੀ ਸਰਕਾਰ BJP ਕਰਕੇ ਗਈ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਅੱਜ ਪੈਰਾਂ 'ਤੇ ਹੋਈ ਹੈ। ਹਜੇ 3 ਸਾਲ ਸਰਕਾਰ ਦੇ ਪਏ ਨੇ, ਸਾਰਾ ਕੁਝ ਤੁਹਾਡੇ ਸਾਹਮਣੇ ਹੋਏਗਾ, ਰੁਜ਼ਗਾਰ ਵੀ ਸ਼ੁਰੂ ਹੋਏ ਹੋਏ ਨੇ ਮਿਲਣੇ, ਬਾਕੀ ਕੋਈ ਵੀ ਆ। ਤੁਸੀਂ ਸਭ ਤੋਂ ਵੱਡੀ ਗੱਲ ਦੇਖੋ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਚਿੱਟੇ ਦਾ ਦਰਿਆ ਵਗਾ ਦਿੱਤਾ। ਉਸ ਚੀਜ਼ ਨੂੰ ਕੰਟਰੋਲ ਕਰਨਾ ਕਾਂਗਰਸ ਸਰਕਾਰ ਵਾਸਤੇ ਬੜੀ ਵੱਡੀ ਚੁਣੌਤੀ ਸੀ, ਅੱਜ ਉਸ ਚੀਜ਼ ਨੂੰ ਠੱਲ ਪੈ ਚੁੱਕੀ ਹੈ, ਨਸ਼ੇ ਦਾ ਲੱਕ ਤੋੜ ਦਿੱਤਾ। ਨਹੀਂ ਤੁਸੀਂ ਦੇਖੋ ਕਿ ਹਰ ਪਿੰਡ ਹਰ ਘਰ ਜਿੰਨੇ ਆਪਾਂ ਸਮਾਜ 'ਚ ਲੋਕ ਰਹਿੰਦੇ ਉਹਨਾਂ ਨੂੰ ਇਸ ਚੀਜ਼ ਦਾ ਸੇਕ ਲੱਗ ਚੁੱਕਾ ਕਿ ਜਿਨ੍ਹਾਂ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਆ, ਜਿਨ੍ਹਾਂ ਵਿੱਚ ਕਈਆਂ ਪਿੰਡਾਂ ਵਿੱਚ ਕਈ ਕਈ ਸਾਲ ਡੋਲੀਆਂ ਨਹੀਂ ਬਰਾਤਾਂ ਨਹੀਂ ਚੜ੍ਹਦੀਆਂ, ਜੋ ਇਹਨਾਂ ਅਕਾਲੀ ਭਾਜਪਾ ਨੇ ਪੰਜਾਬ 'ਚ ਜੋ ਹਾਲ ਕੀਤਾ, ਇਹ ਕੈਪਟਨ ਅਮਰਿੰਦਰ ਸਿੰਘ ਨੇ ਠੱਲ ਪਾਈ ਆ। ਕੋਈ ਵੀ ਜਦੋਂ ਕੰਮ ਹੁੰਦਾ ਰੋਕਣਾ ਹੁੰਦਾ ਉਹ ਟਾਈਮ ਲੱਗਦਾ, ਇਹ ਪੰਜਾਬ 'ਚ ਸਫਾਈ ਹੋਊਗੀ, ਇਹ ਅਕਾਲੀ BJP ਲੱਭਣੀ ਨਹੀਂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਆ ਉਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਅਸੀਂ ਗੱਲ ਕਰਦੇ ਹਾਂ ਹੋਰ ਵਰਗ ਦੇ ਲੋਕਾਂ ਨਾਲ ਜੋ ਸਾਡੇ ਨਾਲ ਮੌਜੂਦ ਹਨ, ਉਹਨਾਂ ਨੂੰ ਪੁੱਛਦੇ ਹਾਂ ਕਿ ਵਾਕਈ ਵਿਕਾਸ ਦੀ ਜਿਹੜੀ ਗੱਲ ਹੋ ਰਹੀ ਆ ਉਹ ਕੇਂਦਰ ਸਰਕਾਰ ਨੇ ਕਰਾਇਆ ਜਾਂ ਨਹੀਂ ਕਰਾਇਆ, ਕਿਸ ਤਰ੍ਹਾਂ ਦੇ ਜਿਹੜੇ ਕਾਰਜ ਹਨ ਜੋ 2 ਸਾਲ ਕਾਂਗਰਸ ਸ਼ਾਸਨ ਰਿਹਾ ਵੀ ਉਹ ਹੋਏ ਉਹਦੇ 'ਚ, ਜਾਂ ਮਤਲਬ ਇਹ ਵੀ ਹਲੇ ਗੱਲਾਂ ਸੀਮਤ ਹਨ। ਤੁਹਾਨੂੰ ਕੀ ਲੱਗਦਾ ਜੀ ਵੀ ਕਾਂਗਰਸ ਦਾ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ, ਵੀ 2 ਸਾਲ ਦਾ ਸਮਾਂ ਵੱਧ ਬੀਤ ਗਿਆ, ਤੁਹਾਨੂੰ ਲੱਗਦਾ ਵਿਕਾਸ ਕਾਰਜ ਕਿਸੇ ਲੀਹ 'ਤੇ ਪਏ? ਸੁਲਤਾਨਪੁਰ ਦੇ ਵਿੱਚ ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਰਹੀ ਆ, ਜਿੰਨਾ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਵਿਕਾਸ ਹੋਇਆ। ਔਰ ਹੁਣ ਇਲੈਕਸ਼ਨਾਂ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਭਾਰਤੀ ਜਨਤਾ ਪਾਰਟੀ ਦੇ, ਉਹ ਫਿਰ ਦੁਬਾਰਾ 23 ਤਰੀਕ ਨੂੰ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ, ਔਰ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਬਹੁਤ ਉਤਸ਼ਾਹ ਆ। ਜੇ ਸੁਲਤਾਨਪੁਰ ਦੇ ਵਿਕਾਸ ਦੀ ਗੱਲ ਕਰੀਏ ਤਾਂ ਸੁਲਤਾਨਪੁਰ ਦੇ ਵਿਕਾਸ 'ਚ ਢਾਈ ਸਾਲ ਬੀਤ ਚੱਲਿਆ, ਕਿਤੇ ਸੁਲਤਾਨਪੁਰ ਦੇ ਵਿੱਚ ਕਿਤੇ ਵੀ ਕਿਤੇ ਟੋਏ 'ਚ ਮਿੱਟੀ ਵੀ ਪਾਈ ਹੋਵੇ ਇਸ ਸਰਕਾਰ ਨੇ? ਵਿਕਾਸ ਤਾਂ ਕੀ ਹੋਣਾ, ਇੱਕ ਝੂਠੀ ਸੌਂਹ ਖਾ ਗਏ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਦੇ ਵਿੱਚ ਆ ਗਏ ਆ। ਜੋ ਉਹਨਾਂ ਨੇ ਵਾਅਦੇ ਕੀਤੇ ਸੀ ਨੌਕਰੀਆਂ ਦੇਣਾ ਵਾ, ਜੋ ਵੀ ਝੂਠੇ ਵਾਅਦੇ ਕੀਤੇ, ਕੋਈ ਇੱਕ ਵਾਅਦਾ ਨਹੀਂ ਪੂਰਾ ਕੀਤਾ। ਇਹ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ 'ਚ ਮਨਾਇਆ ਜਾ ਰਿਹਾ, ਕੁਛ ਕਾਰਜ ਸ਼ੁਰੂ ਹੋਏ ਹਨ ਜਿਹੜੇ ਸਰਕਾਰ ਕਹਿੰਦੀ ਵੀ ਸਮੇਂ ਸਿਰ ਨੇਪਰੇ ਚੜ੍ਹਾ ਲਾਂਗੇ। ਤੁਹਾਨੂੰ ਕੀ ਲੱਗਦਾ ਵੀ ਜਿੰਨਾ ਵੱਡਾ ਕਾਰਜ ਆ ਔਰ ਇੱਕ ਡਿਵੈਲਪਮੈਂਟ ਲਈ ਬਹਾਨਾ ਹੀ ਕਹਿ ਸਕਦੇ ਮਿਲਿਆ ਸੀ ਵੀ ਇਹ ਬੜੇ ਵੱਡੇ ਪੱਧਰ 'ਤੇ ਵਿਕਾਸ ਹੋ ਸਕਦਾ ਸੁਲਤਾਨਪੁਰ, ਇਹਦਾ ਹੋਰ ਇਹ ਕੰਮ ਇੱਥੇ? ਇਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਕੰਮ ਜ਼ਰੂਰ ਸ਼ੁਰੂ ਹੋਏ ਆ, ਕਿਉਂਕਿ ਇੱਕ ਸੱਚੇ ਸੁੱਚੇ ਇਨਸਾਨ ਦਾ ਫਰਜ਼ ਆ ਹਰ ਇੱਕ ਨੂੰ ਦਾਵਤ ਦੇਣੀ ਜਿੰਨਾ ਉਹਨੇ ਕੰਮ ਕੀਤਾ। ਸਰਕਾਰਾਂ ਦਾ ਕੰਮ ਹੀ ਹੁੰਦਾ ਕਿ ਉਹਨਾਂ ਨੇ ਵਿਕਾਸ ਕਰਨਾ, ਸਰਕਾਰਾਂ ਜਿੱਤਦੀਆਂ ਹੀ ਇਸ ਨਾਂ 'ਤੇ ਆ ਕਿ ਲੋਕਾਂ ਦੀ ਜਿਹੜੀ ਆ ਆਰਥਿਕ ਦਸ਼ਾ ਸੁਧਾਰਨੀ, ਲੋਕਾਂ ਨੂੰ ਡਿਵੈਲਪ ਕਰਨਾ। ਹਮੇਸ਼ਾ ਸਰਕਾਰਾਂ ਬਣਦੀਆਂ ਇਸ ਕਰਕੇ ਆ, ਵੋਟਾਂ ਹੀ ਇਸ ਕਰਕੇ ਲਈਆਂ ਜਾਂਦੀਆਂ ਕਿ ਲੋਕਾਂ ਦਾ ਨਕਸ਼ ਸੁਧਾਰਿਆ ਜਾਵੇ। ਇੱਥੇ ਜਿਹੜਾ ਕੋਈ ਵੀ ਗੱਲ ਆ ਨਾ, ਮੈਂ ਉੱਪਰਲੀ ਗੱਲ ਕਰੂੰਗਾ, ਇੱਥੇ ਵਿਸ਼ੇਸ਼ ਵਿਅਕਤੀ ਨੂੰ ਹਮੇਸ਼ਾ ਸਿਆਸਤ 'ਚ ਭੰਡਿਆ ਜਾਂਦਾ, ਦੂਜਾ ਦੂਜੇ ਨੂੰ ਮਾੜਾ ਕਹਿੰਦਾ, ਦੂਜਾ ਦੂਜੇ ਨੂੰ ਮਾੜਾ ਕਹਿੰਦਾ, ਨਾ ਕਿ ਮੁੱਦੇ ਦੀ ਗੱਲ ਕੋਈ ਨਹੀਂ ਕਰਦਾ। 2 ਮੁੱਦੇ ਆ ਇੰਡੀਆ ਦੇ, ਹੈਲਥ ਐਂਡ ਐਜੂਕੇਸ਼ਨ, ਦੋਨਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਇਹ ਵੱਡਿਆਂ ਘਰਾਣਿਆਂ ਨੇ, ਕਾਰਪੋਰੇਟ ਘਰਾਣਿਆਂ ਨੇ ਆਪਣੇ ਹੱਥਾਂ ਵਿੱਚ ਲਏ ਆ। ਜਿਹੜੇ ਕਾਰਪੋਰੇਟ ਘਰਾਣੇ ਉਹ ਕਦੋਂ ਚਾਹੁਣਗੇ ਨਸ਼ਾ ਖਤਮ ਹੋਵੇ, ਕਿਉਂਕਿ ਉਹਨਾਂ ਦੀ ਡਰੱਗ ਵਿਕ ਰਹੀ ਆ। ਕਾਰਪੋਰੇਟ ਕਦੋਂ ਘਰਾਣੇ ਕਦੋਂ ਚਾਹੁਣਗੇ ਕਿ ਜਿਹੜੀ ਵਿੱਦਿਆ ਵਾ ਉਹਦਾ ਜਿਹੜਾ ਵਾ ਪ੍ਰਾਈਵੇਟਕਰਨ ਖਤਮ ਹੋਵੇ ਅਤੇ ਸਰਕਾਰੀਕਰਨ ਹੋਵੇ ਅਤੇ ਜਿਹੜੀ ਵਿੱਦਿਆ ਵਾ ਲੋਕਾਂ ਨੂੰ ਫ੍ਰੀ 'ਚ ਮਿਲੇ। ਇਸ ਕਰਕੇ ਕੋਈ ਵੀ ਜਿਹੜਾ ਵਾ ਲੀਡਰ ਆ ਉਹ ਵਿਸ਼ੇਸ਼ ਵਿਅਕਤੀ 'ਤੇ ਮੁੱਦਾ ਹਮੇਸ਼ਾ ਭਾਰੂ ਰੱਖਦਾ, ਜਿਹੜਾ ਨਹੀਂ ਹੋਣਾ ਚਾਹੀਦਾ। ਜੇ ਆਪਾਂ ਗੱਲ ਕਰੀਏ ਵੀ ਮੁੱਦਿਆਂ ਤੋਂ ਭਟਕਦੇ ਜਾ ਰਹੇ ਹਾਂ, ਨਿੱਜੀ ਦੋਸ਼ਾਂ ਵੱਲ ਰਾਜਨੀਤੀ ਜਾ ਰਹੀ ਆ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਜ਼ਿਆਦਾ ਹੁੰਦੀ ਆ, ਜੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੀਆਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਵਾ ਉਸ ਸੰਬੰਧੀ ਗੱਲ ਨਹੀਂ ਕਰਦੇ, ਤੁਸੀਂ ਕੀ ਸਮਝਦੇ ਵੀ ਇਹ ਮੁੱਦਿਆਂ 'ਤੇ ਗੱਲ ਹੋਣੀ ਚਾਹੀਦੀ ਹੈ, ਨਿੱਜੀ ਦੂਸ਼ਣਬਾਜ਼ੀ ਜਿਹੜੀ ਆ ਉਹ ਹਾਵੀ ਹੋ ਰਹੀ ਹੈ ਰਾਜਨੀਤੀ? ਬਿਲਕੁਲ ਗੱਲ ਹੋਣੀ ਚਾਹੀਦੀ ਮੁੱਦਿਆਂ 'ਤੇ,
मैं एक किसानी नाल संबंधित हाँ। 10 साल पिछले अकाली दल ने राज किया तो भाजपा ने जिमीदार उदों खुदकशियां करनिया शुरू कीतिया जिमीदारा ने जिहड़ी अज भी रोकण दा नां लै रही क्योंकि जिमीदारा का अकाली दल भाजपा ने कुछ सोचा ही नहीं कुछ तो जिहड़ा अज कैप्टन साहब ने 2-2 लाख रुपया जिमीदारा का माफ़ करके कोई ना कुछ उन्होंने सोसाइटियां के पैसे माफ़ किए आ क्योंकि जदों कांग्रेस की सरकार आई कि खजाने के उदों है ही कुछ नहीं है तो सेंटर ने दिता कुछ नहीं 2 साल तो इतों तक 550 साल जो जन्म मना रहे बाबे जी का वो वास्ते भी 5 पैसे सेंटर ने सू दिते कि लालन बाबे के दिन से जो भी कर रही पंजाब सरकार कैप्टन सरकार ही कर रही है सड़क सारिया बन रही पुल बन रहे हैं सारे काम चल पे आज रेस्ट हाउस का बुरी हालत सी जिहड़ा पहला भी बन के तैयार किया पहला सीगा नवा भी बन रहा वा बहुत जल्द तैयार हो जाऊगा होर भी जिन्ने काम शुरू किए वो सितंबर के महीने तक साढ़े MLA साहब जिहड़े नितेज सिंह चीमा उन्होंने ड्यूटी ये लगी हुई है पूरी कभी चंडीगढ़ कभी इत्थे कभी चंडीगढ़ दफ्तर में जा काम करवाउंदा है इन्होंने भी गल की भी केंद्र सरकार ने भाजपा की अगली सरकार ने सूबे को कुछ नहीं दिता पंजाब ना ही 550 साल प्रकाशपुर मनाने संबंधी कोई ग्रांट जारी की है वक्री तो ना ही कोई होर विकास कार्य सिर्फ ऐलान जरूर किए उन्होंने भी बाबे नानक का पिंड बनाया जाऊगा या हैरीटेज सिटी मान्यता दी जाऊगी तुम की समझते भी केंद्र सरकार वितकरे वाला व्यवहार कर रही क्योंकि पटना साहब उन्होंने 100 करोड़ रुपया दिता से सुल्तानपुर लोधी ज सरकार नहीं हैगी उन्होंने तो इस करके नहीं दिते कि इस संबंधी की समझते ये गल बिल्कुल ठीक है भी सेंटर से जिहड़ी केंद्र सरकार है ना पंजाब नू डिवेलप हुंदिया नहीं देख सकती क्योंकि देखो जिहड़े अज की डेट आप देखिए जो BJP ने जां सेंटर जो सरकार बनी जिहड़ा चोण मैनीफेस्टो उन्हां दा पढ़ो जिहड़ा उन्हां ने उस आधार ते वोटां मंगियां 2 करोड़ साल की नौकरी और उन्होंने जिमीदारा लई जिहड़ा स्वामीनाथन कमीशन जिहड़ा जो हुण मेरे वीर ने दस्या वह जिमीदारा की फसल का मुल ज़्यादा तो ज़्यादा मिल सके किसानी नूं चक्कण वास्ते बहुत कुछ सीगा और जिस तरह उन्होंने कहा सी 2 करोड़ और जिदा पैसा जिहड़ा ब्लैक मनी कढ के 15-15 लाख रुपया लोगों के अकाउंट च आएगा वो चोण मैनीफेस्टो लोग हुण जांदे आ BJP वाले चंडीगढ़ गए आ लोगों सामने उन्होंने चोण मैनीफेस्टो अगे रख्या दसो कि पूरा किया इस तरह 2022 जो साड़ी सरकार गांह नवी बननी है साड़ा चोण मैनीफेस्टो आओ लोग सानू ही पुछणगे उदों बट इन्होंने कुछ नहीं किया सेंटर च मोदी ने सिर्फ डिफेंस नूं अगे रख के डिफेंस के नाँ के वोटा मंग रहे बदकिस्मती है साढ़े देश की ऐतकी पहली बारी डिफेंस के नाँ के वोटा मंगिया जा रही तो फिर कैंडीडेट खड़े करने की लोड़ आ ब्रिगेडियर खड़ा कर दौ ब्रिगेडियर वोटा पवा दौ जे जिस हिसाब ना वह नज़रिया चल रहा सारे चैनलों उन्हें कैप्चर किया 99% चैनल जोड़े BJP ने अपने परचेज किए हुए डुगडुगी बजाई जाते मोदी आप मदारी बनया है लोगों का ध्यान उधरले जोड़ा चोण मैनीफेस्टो कोई नहीं पूरा हो पूरा करन तो बजाय वो दूसरे पासे ध्यान अपना डिफेंस का नारा मार के या जिहड़ा सर्जिकल स्ट्राइक की या की पहलों नहीं किया कि पाकिस्तान के 2 टुकड़े इंदिरा गांधी ने नहीं किए कि पहलों सर्जिकल स्ट्राइक पहलों नहीं होंदिया उदों कांग्रेस ने कभी मुद्दा ही नहीं इन्हूं बनाया इन्होंने मुद्दा बना के वो मुद्दे के आधार पर वोटा मंग रहे हैं और बदकिस्मती है देश की पहली बारी भी BJP पहली बारी डिफेंस नूं अगे रख के अपना अपने आप नूं शहीद जिदा कि आप उन्हें जाके गन चलाई होंगी आप उन्हें जाके फायरिंग की होंगी है उस तरह अपने आप को दर्शा रहा ये देश की बदकिस्मती कोई किसानी देखो हुण इन्ना रुपया जे साडा जिहड़ा अचनचेत नोट बदल दिते करंसी बदल दिती और लोगों 130 मौतां हुई 130 मौतों का कातल मोदी आ और देखो असं अपने पैसे लैन लै लाइना से लग लग के लेंदे रहे हैं और किसी के अकाउंट च कोई पैसा नहीं गया अपने जिहड़े 10 वड्डे जिहड़े इन्हां दे ब्यूरोक्रेट हैगे वड्डे जां जिहड़े सरमाएदार इंडस्ट्रियलिस्ट आ अंबानी कंबानी वर्गे उन्हां नूं पहलों पता लग गया नोटबंदी होनी आ BJP दे दफ्तरां च नोट सड़दे देखे गए ये सारा कुछ जिहड़ा घपलेबाजी की गई लोगों नूं बेवकूफ बनाया गया लोग हौली हौली जागरूक हो गया ये लेकिन चैनलों का एक मैनूं बहुत दुख आ भी डेमोक्रेसी चैनल जिहड़े आ ना वो आज़ाद होने चाहिए आ इन्हां दे कैप्चर नहीं होने चाहिए ता कि लोगों को सही गल का पता लग सके बाकी 550 साल का जिहड़ा काम तुहाडे सामने आ ये 30 सितंबर नूं पता लग जाएगा लोगों के सामने साडे शहर के सफाई के लिए 2-3 हाथी आ रहे छोटे हाथी जिन्होंने कहा जाता सफाई लिए सुपर सकिंग मशीन आ रही है चीमा जी का पूरा जोर लगा कैप्टन साहब पूरे ध्यान दे रहे 500 करोड़ तो वध इत्थे रुपया लगना और मेरा ख्याल 8-10 करोड़ रुपया साड़ी नगर कौंसल चा जल्दी ही है ना इलैक्शन तो बाद
15-15, 12-12 लाख रुपया हरेक वार्ड इंटरलॉकिंग टैलों और डिवेलपमेंट हो रही है, सिर्फ कोड ऑफ कंडक्ट करके रह गया। और किसी गल की, क्योंकि कैप्टन साहब पूरन गुरसिख आ, उन्होंने मन चा भी मैं 550 साल मैं अपना गुरु नूं श्रद्धा पूर्ण, ये वो पीरियड च आया, चीमा साहब के पीरियड च आया, इन्हों एक मौका वा भी गुरु घर की जी खुशियां प्राप्त कर। साडे नाल मौजूद सन सुल्तानपुर लोधी हल्के दे लोग, जिन्हां ने अपने विचार खोल के रखे भी हल्के दे विकास कित्थे रुकावटां वा, क्यों विकास कार्य देर होए, और केंद्र दी सरकार संबंधी भी उन्होंने विचार दिते भी केंद्र दी सरकार वल्लों सुल्तानपुर लोधी विखे 550 साल प्रकाश पुरब मनाउण लई कोई भी फंड जारी नहीं किए गए, जिसका संगतां विच और इलाका निवासियों के मनां विच भी रोस पाया जा रहा है। पर हुण देखना यह होगा कि समय सिर यह कार्य संपूर्ण होंदे हन। चोणा च इन्हों मुद्दा बनाया गया, चोण मुद्दा भी हैं, लोग इन चीज़ों भी देख रहे हैं भी कांग्रेस के कार्यकाल से काम शुरू हुए भी समय सिर पूर्ण होंगे कि नहीं होंगे। असी अजीत वैब टीवी राही लोग कचहरी प्रोग्राम राही तो रूबरू नवी शख्सियतों कराते रहेंगे, तुम देखते रहो अजीत वैब टीवी।